हाँ जी गाइस, सत श्री अकाल तुम सारे जणे ते। अज सवेर हो चुकी है ते रात मीं बहुत पिया सीगा। मान लो वेख सकदे हो असीं आपदे पिजन्स नूं ढक के तां गए सीगे, हुण वेखदे खोल के। वैसे तां गिले नहीं होए होणगे ते छत तां फुल धनवाल। देखो इत्थे तां सारा पानी वी पै चुक्या, गिले गिले हो गए। थले मिट्टी सीगी, मिट्टी ने सारा पानी सोख लिया। ते चलो इधर तां आपां छड सकदे क्योंकि पिजन्स अपने उड के वी इधर नूं ही जांदे आ। चलो इत्थे तां आपां छड देंगे, पिजन्स आ जाणगे। इधर वेख सकदे हो गाइस किन्ना हाल बेहाल होया पिया, गिला हो गया सारा। इतों तो आप चटाई चटुई तोड़े तोड़े सारे वाहवा कुछ लाता है। वेख सकते हो गिले तो नहीं हुए होने। तो गाइस आप एक होटल लाता है कि रात जो वेखण वूखण आईदा है तो फिर पता नहीं लगता, नेरा हों ना तार के इतने उल्टर लाता है। इतने बल्ब ला देंगे आप अज। वेख सकते हो अपना जुगाड़ जोड़े लाया। चलो हूँ पिजन्स में खोल दें। पहले तो पानी जो गंदा है डोल के आने तो इन साफ कर दें, कट करा दें। छतरी आप रखी अंदर राती राती वेख सकते पानी आप इधर ही रख देंगे। चलो इन्होंने पहले कट के रख दिया। हाँ जी गाइस, हम आप कबूतर बाहर कड़ते हैं। ये सब थान सारी गिली होगी, आप कच्चे सारे छड़ेंगे। अपना आ गया जी सुल्तान, ये गया राया, ये एंजल है, आ गई प्रिया। बाहर कढ़ दिते हुए थे, हुण आपे वेख सकदे गाइस कच्चे ते भज जाणगे, नहीं ते आपां भजा दांगे गिल्ले नाल ना होया। बैठे तो सही कर दे सादे गाइस, रोटी खाण लग पए। ਹੋਰ ਜੀ ਸਾਡਾ ਖੁੱਡਾ ਆ ਚੁੱਕਿਆ ਤੇ ਸਾਡੇ ਗਾਇਸ ਵੇਖ ਸਕਦੇ ਆਪਾਂ ਖੁੱਡਾ ਲੈ ਆਉਂਦਾ ਹੋਇਆ ਤੇ ਇੱਥੇ ਰੱਖ ਦਿੱਤਾ ਹੋਇਆ। ਵੇਖ ਸਕਦੇ ਸਾਈਡ ਤੇ ਵੀ ਦਿਖਾ ਦੇਣ ਤੁਹਾਨੂੰ, ਸਾਈਡ ਤੇ ਜਾਲੀ ਲਾਈਏ ਤੇ ਜਿੱਥੇ ਆਪਣੇ ਇੱਥੇ ਖਾਣੇ ਇੱਥੇ ਲੱਕੜ ਲਵਾਈ ਹੋਈ ਆ। ਅੱਗੋਂ ਦੀ ਵੀ ਲੁੱਕ ਵੇਖ ਸਕਦੇ ਤੇ ਸਾਈਡ ਤੋਂ ਵੀ ਐਂ ਲਾਈ ਹੋਈ ਤੇ ਉੱਤੋਂ ਦੀ ਐਂ ਪੂਰੀ ਕਲੋਜ਼ ਆ ਤੇ ਥੱਲੇ ਐਂ ਪਾਵੇ ਲਾਏ ਹੋਏ ਆ। ਤੇ ਇਹ ਤੁਹਾਨੂੰ ਦਿਖਾਉਂਦੇ ਹੁਣ ਖੋਲ ਕੇ। ਇੱਥੋਂ ਗਾਇਸ ਇੱਕ ਆ, ਇੱਕ ਥੱਲੇ ਆ ਤੇ ਇੱਕ ਇੱਥੇ ਆ। ਆਹ ਸਾਰੇ ਨੇ ਇੱਥੋਂ ਦੀ ਗਾਈ, ਇੱਥੋਂ ਦੀ ਐਂ ਖੁੱਲਦਾ ਹੈ ਅਤੇ ਵੇਖ ਸਕਦੇ ਹੋ ਆਪਣੇ ਕਿੱਡੇ ਕਿੱਡੇ ਵੱਡੇ ਖਾਣੇ ਬਣਾਏ ਹੋਏ ਆ। ਇਹਨਾਂ ਵਿੱਚ ਗਾਈ ਸੀ ਆਪਾਂ ਜੇ ਪਾਰਟੀਸ਼ਨ ਕਰ ਦਈਏ ਤਾਂ ਵੀ ਇਹਦੇ ਵਿੱਚ ਆਪਣੇ ਦੋ ਕਬੂਤਰ ਆ ਜਾਣੇ। ਇਸ ਵਿੱਚ ਹਰੇਕ ਵਿੱਚ ਗਾਈ ਵੇਖ ਸਕਦੇ ਇੱਕ ਇੱਕ ਜੋੜਾ ਆ ਜਾਣਾ ਅਤੇ ਛੇ ਖਾਣੇ ਆ ਅਤੇ ਛੇ ਜੋੜੇ ਮੰਨ ਲਓ 12 ਕਬੂਤਰ ਆ ਸਕਦੇ ਵਿੱਚ ਅਤੇ ਆਪਣੇ ਕੋਲ ਤਾਂ ਹਲੇ ਤਾਂ ਵੀ ਦੋ ਆ। ਚਲੋ ਇਹਨਾਂ ਨੂੰ ਬੰਦ ਕਰ ਦਿੰਦੇ ਹਾਂ। ਇਹਦੇ ਗਾਈਸ ਬਿੱਲੀ ਬੁੱਲੀ ਦਾ ਵੀ ਕੋਈ ਖਤਰਾ ਨਹੀਂ, ਬਿੱਲੀ ਜਿਵੇਂ ਮਰਜ਼ੀ ਆ ਜੇ ਬਿੱਲੀ ਨੂੰ ਤੋੜ ਨਹੀਂ ਸਕਦੀ। ਅਤੇ ਹੁਣ ਕਬੂਤਰ ਦਿਖਾਉਂਦੇ ਅਸੀਂ ਤੁਹਾਨੂੰ, ਕਬੂਤਰ ਵੇਖ ਸਕਦੇ ਖੋਲੇ ਹੋਏ ਦਾਣਾ ਪਾਇਆ ਇਹਨਾਂ ਨੂੰ ਅਤੇ ਫਿਰ ਪਾਣੀ ਪਾਉਂਦੇ ਹਾਂ। ਵੇਖ ਸਕਦੇ ਹੋ ਰਾਜਾ ਵੀ ਖੁਸ਼ ਇਹਦੇ, ਸੁਲਤਾਨ ਵੇਖੋ ਗਾਈਸ ਦਾਣੇ ਵਾਲ ਕਿਵੇਂ ਭਜਦਾ। ਅਤੇ ਆਹ ਦੋਨੋਂ ਵੀ ਬੈਠੇ ਹੋਏ, ਉਹ ਦੋਨੋਂ ਖਾਣਾ ਖਾਂਦੇ ਪਏ। ਚਲੋ ਗਾਈਸ ਹੁਣ ਆਪਾਂ ਇਹਨਾਂ ਨੂੰ ਪਾਣੀ ਪਾਉਂਦੇ ਹਾਂ। ਪਾਣੀ ਵਿੱਚ ਆਪਾਂ ਗੁਲਗੋਂਡੀ ਪਾਈ ਹੋਈ ਆ, ਪਾਣੀ ਰੱਖ ਦਿੱਤਾ ਹੋਇਆ। ਜਿਹੜੀ ਗਾਈਸ ਇੱਕ ਕਬੂਤਰ ਉਹ ਸਾਰੇ ਵੇਖ ਕੇ ਆਉਣਗੇ, ਜੇ ਰਾੜਿਆ ਆਇਆ ਰਾਏ ਵੇਖ ਕੇ ਸਾਰੇ ਆਉਣਗੇ। ਵੇਖ ਸਕਦੇ ਗਾਈਸ ਕਿਵੇਂ ਘੁੱਟਾ ਭਰ ਭਰ ਕੇ ਪੀਂਦੇ ਨੇ। ਵਾਹ ਮਾਰੋ ਵਾਹ ਮਾਰੋ, ਕਬੂਤਰ ਕਿੱਥੇ ਆ, ਕਬੂਤਰ ਕਿੱਥੇ ਆ ਵਿੱਚ? ਵਿਜਲੇ ਨੂੰ ਆਵਾਜ਼ ਮਾਰੋ, ਆਵਾਜ਼ ਮਾਰੋ ਉਹਨਾਂ ਨੂੰ, ਉਹ ਵੀ ਸਾਹਮਣੇ ਕਬੂਤਰ, ਉਹ ਉਹਨੂੰ ਆਵਾਜ਼ ਮਾਰੋ। ਹਾਂ ਚਾਹ ਕਰ, ਚਾਹ ਕਰ ਦੋ ਕਬੂਤਰ ਨੂੰ ਚਾਹ। ਜ਼ੋਰ ਦੀ ਕਰੋ ਉਧਰੋਂ ਪਰਲੇ ਪਾਸਿਓ।
ਹਾਂ ਉਧਰ ਬੂਹੇ ਥਾਣੀ ਨੀਚੇ ਵੜ ਜਾ ਵੜ ਜਾ ਵਿੱਚ ਚਾਹ ਕਰ ਦੋ ਚਾਹ ਆ ਆ ਕਰ ਦੋ ਕਰ ਦੋ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੁਲਤਾਨ ਨੂੰ ਆਪਣੇ ਕੋਲ ਕਾਫੀ ਦਿਨ ਹੋ ਚੱਲਿਆ ਤੇ ਅੱਜ ਇਹਨੂੰ ਫੇਰ ਛਤਰੀ ਤੇ ਬਿਠਾਇਆ ਕਿ ਜਗ੍ਹਾ ਦੇਖ ਲੈ ਤੇ ਹੋ ਸਕਦਾ ਸਵੇਰੇ ਅਸੀਂ ਇਹਦੀ ਉਡਾਨ ਲਵਾਵਾਂਗੇ ਜਰੂਰ ਇਹਦੀਆਂ ਬਾਜੀਆਂ ਜੋ ਇਹਦੇ ਨੇ ਉਡਾਰੀਆਂ ਜਿਹਨੂੰ ਜ਼ਰੂਰ ਲਵਾਵਾਂਗੇ ਇਹਦੀ ਉਡਾਰੀ ਅਤੇ ਕਾਫੀ ਟਾਈਮ ਹੋ ਗਿਆ 15 ਤੋਂ 20 ਮਿੰਟ ਹੋ ਗਏ ਇਹਨੂੰ ਛਤਰੀ 'ਤੇ ਬਿਠਾਏ ਉਹਨੂੰ ਹੁਣ ਇਹਨੂੰ ਥੱਲੇ ਲਾਵਾਂਗੇ ਅਸੀਂ ਅਤੇ ਦਿਖਾਉਣੇ ਤੁਹਾਨੂੰ ਫਿਰ ਥੱਲੇ ਲਾ ਕੇ ਲਾਓ ਥੱਲੇ ਜੀ ਇਕੱਲੇ ਕਾ ਇੱਦਾਂ ਅਸੀਂ ਕੋਠੇ ਤੋਂ ਥੱਲੇ ਨੂੰ ਲਮਕਾ ਲਈਦਾ ਡੰਡਾ ਅਤੇ ਫਿਰ ਹੌਲੀ ਹੌਲੀ ਛਤਰੀ ਥੱਲੇ ਲੈ ਜਾਈਦੀ ਅਤੇ ਇੱਦਾਂ ਕਰਕੇ ਖੋਲ੍ਹ ਕੇ ਅਤੇ ਸੁਲਤਾਨ ਨੂੰ ਅਸੀਂ ਥੱਲੇ ਲਾ ਲਾਂਗੇ ਸੁਲਤਾਨ ਪੂਰਾ ਹੁਣ ਇੱਥੋਂ ਜਗ੍ਹਾ ਦਾ ਇਹਨੇ ਦੇਖ ਲਈ ਚੰਗੀ ਤਰ੍ਹਾਂ ਜਗ੍ਹਾ ਦਾ ਵਾਕਫ ਹੋ ਗਿਆ ਅਤੇ ਹੋ ਸਕਦਾ ਕਿ ਸਵੇਰੇ ਅਸੀਂ ਇਹਨੂੰ ਇੱਕ ਨਾ ਜ਼ਰੂਰ ਉਡਾ ਕੇ ਵੇਖਾਂਗੇ ਹੋ ਸਕਦਾ ਕਿ ਸੁਲਤਾਨ ਆ ਮੁੜ ਕੇ ਹੀ ਨਾ ਆਵੇ ਬਾਕੀ ਇੱਕ ਕੀ ਕਰਦਾ ਸੁਲਤਾਨ ਬਾਕੀ ਅੱਗੇ ਨੂੰ ਕਾਫੀ ਹੁਣ ਇਹ ਘੁਲ ਮਿਲ ਗਿਆ ਵਾ ਨਹੀਂ ਤਾਂ ਅੱਗੇ ਡਰਦਿਆ ਸੀ ਕਿ ਹੁਣ ਡਰ ਵੀ ਖਤਮ ਥੋੜ੍ਹਾ ਜਿਹਾ ਇਹਨਾਂ ਦਾ ਹੋ ਗਿਆ ਅਤੇ ਵਧੀਆ ਅਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਇਹਨਾਂ ਵਾਸਤੇ ਸੁਲਤਾਨ ਪ੍ਰੀਆ ਅਤੇ ਏਂਜਲ ਅਤੇ ਰਾਜੇ ਵਾਸਤੇ ਖੁੱਡਾ ਨਵਾਂ ਬਣਾ ਲਿਆ ਵਾ ਅਤੇ ਹੁਣ ਥੋੜ੍ਹਾ ਜਿਹਾ ਹੁਣ ਇਹਨਾਂ ਦੇ ਹੋਰ ਵੀ ਪਰਿਵਾਰ 'ਚ ਵਾਧਾ ਕਰਾਂਗੇ ਅਤੇ ਬਾਕੀ ਰੋਜ਼ ਦੀ ਰੋਜ਼ ਤੁਹਾਨੂੰ ਦਿਖਾਉਂਦੇ ਰਹਾਂਗੇ ਕੀ ਇੰਪਰੂਵਮੈਂਟ ਜਿਵੇਂ ਕਿ ਜੋ ਵੀ ਇੰਪਰੂਵਮੈਂਟ ਹੋ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਨਵਾਂ ਸ਼ੌਂਕ ਪਾ ਲਿਆ ਕਬੂਤਰ ਰੱਖਣ ਦਾ ਹੌਲੀ ਹੌਲੀ ਅਸੀਂ ਨਵੇਂ ਕਬੂਤਰ ਰੱਖ ਰਹੇ ਹਾਂ ਆਹ ਵੇਖੋ ਸੁਲਤਾਨ ਦੀ ਲੁੱਕ ਵੇਖੋ ਤੁਸੀਂ ਇਹ ਬਹੁਤ ਤਕੜਾ ਬਾਜੀਗਰ ਆ ਹਾਂ ਅਤੇ ਬਾਜੀ ਵੀ ਇਹੋ ਜਿਹੀ ਪਾਉਂਦਾ ਕਹਿੰਦਾ ਵੀ ਯਾਦ ਰੱਖਦੇ ਲੋਕ ਇਹਨੂੰ ਬਾਜੀਗਰ ਕਹਿੰਦੇ ਆ ਬਾਜੀਆਂ ਤਾਂ ਬਾਜੀਗਰ ਕਹਿੰਦੇ ਆ ਸੁਲਤਾਨ ਤਾਂ ਹੀ ਇਹਦਾ ਨਾਂ ਹੀ ਸੁਲਤਾਨ ਰੱਖਿਆ ਚਲੋ ਹੁਣ ਅਤੇ ਅਖਬਾਰ ਲਾ ਦਿੰਦੇ ਥੱਲੇ ਕਿਉਂਕਿ ਅਜੇ ਜ਼ਮੀਨ ਵੀ ਜਿਵੇਂ ਤੁਹਾਨੂੰ ਪਤਾ ਕਿ ਲੱਕੜ ਹੋ ਸਕਦਾ ਥੱਲਿਓਂ ਥੋੜ੍ਹੇ ਪਹਿਲੇ ਵੱਜੇ ਵੀ ਨਾ ਅਤੇ ਬਾਕੀ ਬਿੱਠਾਂ ਦੇ ਗੰਦ ਗੁੰਦ ਤੋਂ ਅਸੀਂ ਅਖਬਾਰ ਲਾ ਦਿੰਦੇ ਥੱਲੇ ਵੀ ਜਿਹੜਾ ਸਾਫ਼ ਕਰਨਾ ਵੀ ਸੌਖਾ ਰਹੂ ਕਰੂਗਾ ਅਤੇ ਫਟ ਅਖਬਾਰ ਆਪਾਂ ਲਾ ਦਈਏ ਆਹ ਤੁਹਾਨੂੰ ਦਿਖਾਉਂਦੇ ਅਸੀਂ ਵਿੱਚ ਕਿਵੇਂ ਬਾਕੀ ਜਿਹੜੇ ਨਾਲ ਦੇ ਉਹ ਦੇਖੋ ਹਾਂ ਰਾਜਾ ਪ੍ਰੀਆ ਏਂਜਲ ਦੇ ਤਿਆਰੇ ਤਿੰਨੇ ਵਿੱਚ ਬੈਠੇ ਨੇ ਲਓ ਜੀ ਚੌਥਾ ਸੁਲਤਾਨ ਸਿੰਘ ਵੀ ਆ ਗਿਆ ਹਾਂ ਸੁਲਤਾਨ ਨੇ ਆਪਣਾ ਖੁੱਡਾ ਮੱਲ ਲਿਆ ਉਹਨਾਂ ਨੇ ਆਹ ਮੱਲ ਲਿਆ ਦੋਵੇਂ ਖੁੰਡਾ ਉਸ ਰਾਜਾ ਵਿਚਾਰਾ ਇਕੱਲਾ ਗੋਠੀ ਜਿਹਾ ਲੱਗਾ ਹਰਦਾ ਅਤੇ ਆਹ ਸੁਲਤਾਨ ਦੇ ਥੱਲੇ ਮੱਲ ਕੇ ਬਹਿ ਗਿਆ ਅਤੇ ਹੁਣ ਇਹਨਾਂ ਦਾ ਇੱਕ ਨਵਾਂ ਘਰ ਅਸੀਂ ਲੈ ਜਾਂਦਾ ਵਾ ਅਤੇ ਨਵੇਂ ਘਰ 'ਚੋਂ ਉਹਨਾਂ ਦੇਖ ਲਓ ਵੀ ਪੂਰਾ ਆਪਦੇ ਮਸਤ ਨੇ ਬਾਕੀ ਖੁੱਲ੍ਹਾ ਡੁੱਲਾ ਵੀ ਆ ਅੱਗੇ ਜਿਹੜਾ ਪਿੰਜਰਾ ਸੀ ਸਾਡਾ ਉਹ ਬਹੁਤ ਛੋਟਾ ਸੀਗਾ ਨਿੱਕਾ ਜਿਹਾ ਸੀਗਾ ਉਹਦੇ ਵਿੱਚ ਵਿਚਾਰੇ ਬਹੁਤ ਸਾਰੀ ਰਾਤ ਇਹਨਾਂ ਨੇ ਬਹੁਤ ਔਖੇ ਹੁੰਦੇ ਸੀ ਹੈ ਨਾ ਰਹਿਣਾ ਸਹਿਣਾ ਔਖਾ ਸੀਗਾ ਵਿਚਾਰਿਆਂ ਨੂੰ ਹੁਣ ਇਹ ਪਿੰਜਰਾ ਬਹੁਤ ਖੁੱਲ੍ਹਾ ਡੁੱਲਾ ਇਹਦੇ 'ਚ ਜਿਵੇਂ ਮਰਜ਼ੀ ਭੱਜ ਅੱਜ ਸਕਦੇ ਆ ਜਿਵੇਂ ਆਪਾਂ ਰਾਤ ਨੂੰ ਜਾਂ ਦਿਨੇ ਤਾੜ ਦਿੰਦੇ ਹਾਂ ਖੁੱਡੇ 'ਚ ਅਤੇ ਆਹ ਦੇਖੋ ਬਾਹਰ ਵੀ ਘੁੰਮਣ ਨੂੰ ਜਗ੍ਹਾ ਹੈਗੀ ਇਹਨਾਂ ਦੇ ਅੰਦਰ ਇਹਨਾਂ ਦੇ ਖੁੱਡੇ ਬਣੇ ਆ ਅਤੇ ਜੇ ਖੁੱਡੇ ਤੋਂ ਇਹਨਾਂ ਨੇ ਬਾਹਰ ਆਉਣਾ ਹੋਵੇ ਤਾਂ ਆਹ ਜਿਹੜੀ ਖਾਲੀ ਜਗ੍ਹਾ ਦੇਖੋ ਆਹ ਖਾਲੀ ਜਗ੍ਹਾ ਇੱਥੇ ਆਹ ਤਾਂ ਤੁਰ ਫਿਰ ਸਕਦੇ ਵਧੀਆ ਆਹ ਤੁਰ ਫਿਰ ਸਕਦੇ ਆ ਖੁੱਡੇ 'ਚ ਅਤੇ ਜੇ ਉੱਤੇ ਆ ਬਣੇ ਨੇ ਇਹ ਖੁੱਡੇ ਬਣੇ ਨੇ ਅਤੇ ਇਹਨਾਂ ਦੋਨੇ ਆਹ ਮੱਲ ਲਿਆ ਖੁੱਡਾ ਅਤੇ ਰਾਜਾ ਵਿਚਾਰਾ ਇਕੱਲਾ ਕੋਠੇ ਲੱਗਾ ਬੈਠਾ ਅਤੇ ਆਹ ਸੁਲਤਾਨ ਜੋ ਬਾਜੀਆਂ ਦਾ ਰਾਜਾ ਉਡਾਰੀਆਂ ਦਾ ਰਾਜਾ ਇਹ ਵੇਖੋ ਬਾਕੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਮੈਂਟ ਕਰਕੇ ਕਿ ਤੁਹਾਨੂੰ ਇਹ ਸਾਡਾ ਖੁੱਡਾ ਕਿਵੇਂ ਲੱਗਾ ਸਹੀ ਮੈਂ ਆਹ ਸਾਡਾ ਨਿੱਕਾ ਕਬੂਤਰ ਆ ਗਿਆ ਮਾਏ ਮਾਰੋ ਹਰਨਾ ਹਰਨਾ ਕਬੂਤਰ ਕਿੱਥੇ ਨੇ ਇਹਦੇ 'ਚ ਅਸੀਂ ਬਲਬ ਦਾ ਇੱਕ ਇੰਤਜ਼ਾਮ ਕਰਦੇ ਹਾਂ ਅਤੇ ਬਲਬ ਅਸੀਂ ਲਾ ਦਿੰਦੇ ਵਿੱਚ ਜਿਸ ਦਿਨ ਚਾਨਣ ਰਹੂਗਾ ਅਤੇ ਬਾਕੀ ਵੀ ਜਿਵੇਂ ਵੀ ਨਵੇਂ ਨਵੇਂ ਇੰਪਰੂਵਮੈਂਟ ਅਸੀਂ ਹੌਲੀ ਹੌਲੀ ਜਿਵੇਂ ਸਾਨੂੰ ਪਤਾ ਲੱਗਦਾ ਅਸੀਂ ਸਾਰੀਆਂ ਗਤੀਵਿਧੀਆਂ ਕਰ ਰਹੇ ਹਾਂ ਆ ਬਲਬ ਲਾ ਦਿੱਤਾ ਜੀ ਅਸੀਂ ਅਤੇ ਇੱਥੇ ਹੁਣ ਚਾਨਣ ਰਹੂਗਾ ਇਹਨਾਂ ਦੇ ਲਈ ਬਾਕੀ ਵਿੱਚ ਵੀ ਲਾ ਸਕਦੇ ਪਰ ਅਸੀਂ ਵਿੱਚ ਤਾਂ ਨਹੀਂ ਲਾਇਆ ਕਿ ਤੁਹਾਨੂੰ ਪਤਾ ਜਿਵੇਂ ਮੱਛਰੀ ਭੁੰਡੀਆਂ ਬਹੁਤ ਹੋ ਜਾਂਦੀਆਂ ਅਤੇ ਉਹ ਵਿੱਚ ਹੋਣਗੀਆਂ ਜ਼ਿਆਦਾ ਗੰਦ ਪਾਉਣਗੀਆਂ ਇਸ ਕਰਕੇ ਅਸੀਂ ਬਲਬ ਉਹ ਗੁੱਟ ਦੇ ਉੱਪਰ ਫੇਵਰ 'ਤੇ ਲਾ ਤਾ ਅਤੇ ਚਾਨਣ ਜੋ ਇੱਥੇ ਵੀ ਚੰਗੀ ਤਰ੍ਹਾਂ ਰਹੂਗਾ ਵਧੀਆ ਰਹੂਗਾ ਚਾਨਣ ਅਤੇ ਖੁੱਡੇ ਵਿੱਚ ਪੂਰਾ ਅਤੇ ਬਾਕੀ ਹੌਲੀ ਹੌਲੀ ਦਿਨ ਬਾਏ ਦਿਨ ਅਸੀਂ ਕੱਲ੍ਹ ਨੂੰ ਇਹਦੇ ਉੱਤੇ ਲਿਆ ਕੇ ਇੱਕ ਤਰਪੈਲ ਉੱਪਰ ਪਾ ਦੇਣੀ ਆ ਜੋ ਮੁੰਮ ਜਾਮੇ ਦੀ ਹੁੰਦੀ ਆ ਉਹ ਲਿਆ ਕੇ ਉੱਪਰ ਕੋਕੇ ਲਾ ਦਾਂਗੇ ਅਤੇ ਇਹਨੂੰ ਕਵਰ ਕਰ ਦਿਆਂਗੇ ਕਿ ਜੇ ਮੀਂਹ ਆਉਂਦਾ ਅਤੇ ਅਸੀਂ ਇਹਨੂੰ ਵੀ ਮੀਂਹ 'ਚ ਭਿੱਜੇ ਨਾ ਅਤੇ ਲੱਕੜ ਨਾ ਖਰਾਬ ਹੋਵੇ ਬਾਕੀ ਇਹ ਬੂਹਾ ਗੇਟ ਨਾ ਲਾ ਤਾ ਮਿਸਤਰੀ ਸਾਹਿਬ ਨੇ ਅਤੇ ਜਾਲੀ ਸਾਡੇ ਕੋਲ ਆਪਣੀ ਸੀਗੀ ਜਿਵੇਂ ਤੁਹਾਨੂੰ ਪਤਾ ਵਾ ਜਾਲੀ ਅਸੀਂ ਆਪਦੀ ਲਾ ਲਈ ਅਤੇ ਆਹ ਗੇਟ ਦੇ ਅੱਗੇ ਜੋ ਫੱਟੀਆਂ ਉਹਨੇ ਲੈ ਕੇ ਇਹ ਅਸੀਂ ਪੂਰਾ 2000 'ਚ ਤਿਆਰ ਕਰਾਇਆ ਵਾ ਸਾਡੇ ਤੋਂ ਮਿਸਤਰੀ ਨੇ 2000 ਰੁਪਏ ਲਿਆ ਤਿਆਰ ਕਰਨ ਦਾ ਇਹ ਜਾਲੀ ਸਾਡੀ ਆਪਦੀ ਸੀ ਲੱਕੜਾਂ ਉਹਨੇ ਲਈਆਂ ਅਤੇ ਬਾਕੀ ਬਣਵਾਈ ਉਹਨੇ ਲਈ
खुडा बाकी हवादार पूरा सही बनाया वधिया बनाया ने वेखा जी सानू तां वधिया लगा बाकी हुण तुहानू तुसीं दसना जिहड़े पुराने बंदे ने जिहड़े वीर ने पुराने जिहड़े कबूतर रखदे उन्हां नूं ज़्यादा नॉलेज इस चीज़ बारे भी किवें दा खुडा सही आ कि गलत तुसीं सानू कमेंट करके जरूर दसना हुण अहीं पाणी विच रख दिंदे आ पानी और जो इन्हां दा दाणा पाणी विच ही रख दांगे असीं क्योंकि हुण इन्हां दा घर बन चुक्या ते वधिया विच दाणा पाणी इन्हां वधिया रह विच रख सकदे आ आपां ਵਿੱਚ ਘੁੰਮਣ ਨੂੰ ਵੀ ਜਗ੍ਹਾ ਹੈਗੀ ਹੈ ਖੁੱਲ੍ਹੀ ਡੁੱਲੀ ਅਤੇ ਮੈਂ ਇਹਨੂੰ ਵੀ ਇਹਨਾਂ ਦੇ ਅਤੇ ਬਾਕੀ ਅਸੀਂ ਤੁਹਾਨੂੰ ਨਾਲ ਦੇ ਨਾਲ ਦੱਸਦੇ ਰਵਾਂਗੇ ਲਓ ਜੀ ਇੱਕ ਇਹਨਾਂ ਨੂੰ ਬਾਹਰ ਕੱਢ ਦਿੰਦੇ ਅਤੇ ਅਸੀਂ ਇੱਕ ਰੱਖ ਬਾਹਰ ਵਿਛਾ ਦਿੰਦੇ ਉੱਧਰ ਪਹਿਲਾਂ ਰਹਿੰਦੇ ਚਾਨਣ ਵਾਲੀ ਅਸੀਂ ਵਿੱਚ ਅਖਬਾਰ ਵਿਛਾ ਦਿੰਦੇ ਇਹਨਾਂ ਦੇ ਹਾਂ ਵੇਖੋ ਹਾਂ ਅਤੇ ਆਹ ਵੇਖੋ ਅਸੀਂ ਅਖਬਾਰ ਵਿੱਚ ਵਿਛਾ ਦਿੰਦੇ ਹਾਂ ਕਿਉਂਕਿ ਅਖਬਾਰ ਨਾਲ ਜੇ ਕੱਲ੍ਹ ਬਿੱਠਾ ਬੁੱਠਾ ਕਰਨਗੇ ਤਾਂ ਕੱਲ੍ਹ ਸਫਾਈ ਕਰਨੀ ਸੌਖੀ ਰਹੂਗੀ ਥੱਲਿਓ ਖਿੱਚ ਕੇ ਅਖਬਾਰ ਬਾਹਰ ਕੱਢਣਾ ਕਰਾਂਗੇ ਅਤੇ ਵਿੱਚ ਸਫਾਈ ਕਰਨੀ ਸੌਖੀ ਰਹੂਗੀ ਸਾਨੂੰ ਆਹ ਵੇਖੋ ਅਖਬਾਰ ਆਹ ਵੇਖੋ ਇਹ ਇੱਥੇ ਸਾਈਡ 'ਤੇ ਆ ਇਹ ਹੈਗਾ ਜੀ ਆਪਣਾ ਸੁਲਤਾਨ ਇਹ ਹੈਗਾ ਰਾਜਾ ਇਹ ਪ੍ਰਿਆ ਇਹ ਇੰਜਲ ਅਤੇ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਨਾਂ ਕਿੱਦਾਂ ਦੇ ਲੱਗੇ ਬਾਕੀ ਅਸੀਂ ਇਹਨਾਂ ਦੇ ਪਰਿਵਾਰ 'ਚ ਵਾਧਾ ਕਰਾਂਗੇ ਇੱਕ ਅੱਧੇ ਦਿਨ ਤੱਕ ਹੋਰ ਇੱਕ ਸਾਡਾ ਇਰਾਦਾ ਇੱਕ ਜੋੜਾ ਹੋਰ ਅਸੀਂ ਲਿਆ ਕੇ ਕਿਉਂਕਿ ਹੁਣ ਅਸੀਂ ਪਹਿਲਾਂ ਸਾਡੇ ਕੋਲ ਖੁੱਡਾ ਨਹੀਂ ਖੁੱਡਾ ਸਾਡੇ ਕੋਲ ਨਿੱਕਾ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਤਾਂ ਮਹਾਂ ਵਿਚਾਰੇ ਰਹਿੰਦੇ ਸੀਗੇ ਅਤੇ ਹੁਣ ਅਸੀਂ ਖੁੱਡਾ ਲੈ ਆਉਂਦਾ ਇਹਦੇ ਵਿੱਚ ਅਸੀਂ ਕੋ ਚਾਰ ਪੰਜ ਜੋੜੀਆਂ ਹੋ ਮਤਲਬ ਦੋ ਤਿੰਨ ਜੋੜੀਆਂ ਹੋਰ ਆ ਸਕਦੀਆਂ ਵਧੀਆ ਛੇ ਜੋੜੇ ਆ ਕਿਉਂਕਿ ਛੇ ਖਾਂਦੇ ਹਾਂ ਅਤੇ ਛੇ ਜੋੜੇ ਵਧੀਆ ਰਹਿ ਸਕਦੇ ਆ ਅਤੇ ਸਾਡੇ ਕੋਲ ਦੋ ਜੋੜੇ ਹੈਗੇ ਚਾਰ ਜੋੜੇ ਹੋਰ ਅਸੀਂ ਲਿਆ ਸਕਦੇ ਬਾਕੀ ਅਸੀਂ ਹੌਲੀ ਹੌਲੀ ਹੁਣ ਇੱਕ ਜੋੜਾ ਹੋਰ ਇੱਕ ਲਿਆਵਾਂਗੇ ਪਰਿਵਾਰ 'ਚ ਵਾਧਾ ਕਰਾਂਗੇ ਹੌਲੀ ਹੌਲੀ ਜਿਵੇਂ ਕਿ ਇਹ ਜਿਵੇਂ ਸੂਏ ਹੁੰਦੇ ਜਾਣਗੇ ਹੌਲੀ ਹੌਲੀ ਫਿਰ ਇਹਨਾਂ ਦੇ ਨਾਲ ਦੇ ਵੀ ਅਸੀਂ ਲੈ ਆਵਾਂਗੇ ਅਤੇ ਫਿਰ ਕੁਛ ਹੋਰ ਵੀ ਥੋੜ੍ਹੇ ਦਿਨਾਂ ਤੱਕ ਪੰਛੀ ਤੁਹਾਨੂੰ ਵੇਖਣ ਨੂੰ ਮਿਲਣਗੇ ਜਿਵੇਂ ਚਿੜੀਆਂ ਤੋਤੇ ਔਰ ਹੋਰ ਤਰ੍ਹਾਂ ਤਰ੍ਹਾਂ ਦੇ ਜੋ ਵੀ ਸਾਨੂੰ ਮਿਲੇ ਅਸੀਂ ਉਹ ਤੁਹਾਡੇ ਕੋਲ ਅਸੀਂ ਮੰਗਵਾਏ ਹੋਏ ਨੇ ਕਿਉਂਕਿ ਇੱਥੇ ਛੋਟੇ ਸ਼ਹਿਰਾਂ ਕਰਕੇ ਸਾਨੂੰ ਪੰਛੀ ਮਿਲਦੇ ਨਹੀਂ ਹੁਣ ਪਾਸੇ ਮੰਗਵਾਏ ਹੋਏ ਨੇ ਜਿੱਦਣ ਆ ਕੇ ਤੁਹਾਨੂੰ ਦਿਖਾਵਾਂਗੇ ਅਤੇ ਬਾਕੀ ਕਬੂਤਰਾਂ ਬਾਰੇ ਤਾਂ ਚਲੋ ਇਹ ਤੁਹਾਨੂੰ ਪਤਾ ਵੀ ਨੋਰਮਲ ਮਿਲ ਹੀ ਜਾਂਦੇ ਆ ਪਿੰਡਾਂ 'ਚੋਂ ਵੀ ਮਿਲ ਜਾਂਦੇ ਆ ਅਤੇ ਸ਼ਹਿਰਾਂ 'ਚੋਂ ਮਿਲ ਜਾਂਦੇ ਆ ਅਤੇ ਅਸੀਂ ਹੁਣ ਕੱਲ੍ਹ ਨੂੰ ਜਾਂ ਪਰਸੋਂ ਦੇਖਦੇ ਹਾਂ ਇੱਕ ਜੋੜਾ ਕਬੂਤਰਾਂ ਦਾ ਹੋਰ ਲੈ ਕੇ ਆਵਾਂਗੇ ਅਤੇ ਬਾਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਜਿਵੇਂ ਕਿ ਅਸੀਂ ਕਬੂਤਰ ਤੁਹਾਨੂੰ ਪਤਾ ਅਸੀਂ ਪਾਲਤਾ ਰਹੇ ਪਰ ਸਾਨੂੰ ਅਜੇ ਪੂਰੀ ਨੌਲੇਜ ਨਹੀਂ ਹੈਗੀ ਅਸੀਂ ਕਿਸੇ ਭਰਾ ਨੂੰ ਪੁੱਛ ਕੇ ਜਾਂ ਡਾਕਟਰ ਨੂੰ ਪੁੱਛ ਕੇ ਅਸੀਂ ਪਾਲਦੇ ਹਾਂ ਅਤੇ ਤੁਸੀਂ ਵੀ ਸਾਨੂੰ ਦੱਸ ਸਕਦੇ ਜੀ ਕਿ ਇਹਨਾਂ ਵਾਸਤੇ ਅਸੀਂ ਹੋਰ ਵਧੀਆ ਕੀ ਕਰ ਸਕਦੇ ਹਾਂ ਤੁਸੀਂ ਸਾਨੂੰ ਦੱਸੋਗੇ ਅਤੇ ਫਿਰ ਅਸੀਂ ਉਹ ਹੋਰ ਇਹਨਾਂ ਲਈ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂ ਵੇਖੋ ਬੈਠੇ ਨੇ ਪੂਰੇ ਆਨੰਦ ਮਾਣ ਰਹੇ ਬਾਕੀ ਇਹ ਸੁਲਤਾਨ ਅਤੇ ਰਾਜਾ ਦੋਵੇਂ ਆਪਸ 'ਚ ਲੜ ਰਹੇ ਨੇ ਚੁੰਝਾ ਜਿਹੜਾ ਰਾਜਾ ਸੁਲਤਾਨ ਨੂੰ ਚੁੰਝਾ ਮਾਰ ਰਿਹਾ ਪਤਾ ਨਹੀਂ ਕਿਉਂ ਕਿ ਤੂੰ ਛਤਰੀ ਦੇ ਚਾਰ ਚਿਰ ਬੈਠਾ ਰਿਹਾ ਤਾਂ ਕਰਕੇ ਬਾਕੀ ਕਿਉਂਕਿ ਥੋੜ੍ਹਾ ਜਿਹਾ ਤੁਹਾਨੂੰ ਪਤਾ ਰਾਜਾ ਥੋੜ੍ਹਾ ਜਿਹਾ ਰਾਜਾ ਹੀ ਹੈ ਬਾਕੀ ਥੋੜ੍ਹਾ ਉੱਦਾਂ ਵੀ ਸਿਹਤ ਵੱਲੋਂ ਵੀ ਇਹਦੇ 'ਚ ਥੋੜ੍ਹਾ ਜਿਹਾ ਹੈ ਨਾ ਸੁਲਤਾਨ ਨਾਲ ਭਰਾ ਅਤੇ ਵੈਸੇ ਵੀ ਜ਼ਰੂਰਤ ਵੀ ਜ਼ਿਆਦਾ ਰੱਖਦਾ ਦਲੇਰੀ ਜ਼ਿਆਦਾ ਅਤੇ ਸੁਲਤਾਨ ਵਿਚਾਰਾ ਥੋੜ੍ਹਾ ਢਿੱਲਾ ਜਿਵੇਂ ਤੁਹਾਨੂੰ ਪਤਾ ਅਤੇ ਬਾਕੀ ਰਾਜੇ ਦਾ ਰੋਹਬ ਹੈ ਅਤੇ ਬਾਕੀ ਪੂਰੀਆਂ ਠੁੰਗਾ ਠੁੰਗਾ ਮਾਰ ਕੇ ਰੱਖਦਾ ਚਲੋ ਗਾਈਸ ਹੁਣ ਅਸੀਂ ਇਹਨਾਂ ਨੂੰ ਵਿੱਚ ਤਾੜ ਦਿੰਦੇ ਹਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅਤੇ ਅੱਗੇ ਹੋਰ ਵੀਡੀਓ ਵੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਤੁਹਾਨੂੰ ਅਗਲੀ ਵੀਡੀਓ ਨਾਲ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।